ਸ੍ਰੀ ਅਕਾਲ ਦੋਸਤੋ, ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕੱਲ੍ਹ ਤੋਂ ਬਦਲ ਜਾਣਗੇ ਇਹ ਨਿਯਮ, ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ ਅਤੇ ਇਹ ਸਸਤੀਆਂ। ਵੀਡੀਓ ਅੰਤ ਤੱਕ ਦੇਖ ਲਿਓ ਦੋਸਤੋ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਆਮ ਆਦਮੀ ਦੀ ਜ਼ਿੰਦਗੀ ਦੇ ਨਾਲ ਜੁੜੇ ਬਹੁਤ ਸਾਰੇ ਨਿਯਮ 1 ਜੁਲਾਈ ਨੂੰ ਬਦਲਣ ਜਾ ਰਹੇ ਹਨ, ਜੋ ਸਿੱਧੇ ਤੌਰ 'ਤੇ ਤੁਹਾਡੀ ਜੇਬ 'ਤੇ ਹੀ ਨਹੀਂ ਬਲਕਿ ਰਸੋਈ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। SBI ਦੇ ATM ਜਾਂ ਸ਼ਾਖਾ ਤੋਂ ਪੈਸੇ ਕਢਵਾਉਣੇ, ਚੈੱਕ ਟ੍ਰਾਂਜੈਕਸ਼ਨ, ਡਰਾਈਵਿੰਗ ਲਾਇਸੈਂਸ, ਇਨਕਮ ਟੈਕਸ, TDS, ਗੈਸ ਸਿਲੰਡਰ ਦੀ ਕੀਮਤ ਸਮੇਤ ਕਈ ਅਜਿਹੇ ਨਿਯਮ ਬਦਲਣ ਜਾ ਰਹੇ ਹਨ। ਤੁਹਾਨੂੰ ਇਹਨਾਂ ਦੇ ਬਾਰੇ ਜਾਣਕਾਰੀ ਦੇ ਦਈਏ। ਸਭ ਤੋਂ ਪਹਿਲਾਂ ਦੱਸਦੇ ਹਾਂ ਜੀ, IFC ਕੋਡ ਸਿੰਡੀਕੇਟ ਬੈਂਕ ਦੇ ਗਾਹਕਾਂ ਨੂੰ 1 ਜੁਲਾਈ ਤੋਂ ਝਟਕਾ ਲੱਗਣ ਵਾਲਾ ਜੀ। ਸਿੰਡੀਕੇਟ ਨੂੰ ਕੈਨਰਾ ਬੈਂਕ ਵਿੱਚ ਮਿਲਾ ਦਿੱਤਾ, ਜਿਸ ਨਾਲ IFSC ਕੋਡ ਸਿੰਡੀਕੇਟ ਦਾ ਜਿਹੜਾ ਬਦਲ ਜਾਵੇਗਾ। TDS ਸੰਬੰਧੀ ਆਮਦਨ ਟੈਕਸ ਰਿਟਰਨ ਦਾਖਲ ਕਰਨ ਵਾਲਿਆਂ ਨੇ ਆਮਦਨ ਟੈਕਸ ਵਿਭਾਗ ਸਖ਼ਤ ਹੋ ਗਿਆ ਹੈ। ਇਨਕਮ ਟੈਕਸ ਜਮ੍ਹਾਂ ਕਰਨ ਦੀ ਨਿਰਧਾਰਤ ਮਿਤੀ 31 ਜੁਲਾਈ ਤੋਂ 30 ਸਤੰਬਰ ਤੱਕ ਵਧਾ ਦਿੱਤੀ ਹੈ, ਪਰ ਜੇ ਤੁਸੀਂ 1 ਜੁਲਾਈ ਤੋਂ ਬਾਅਦ ਆਪਣੀ ਰਿਟਰਨ ਫਾਈਲ ਕਰਦੇ ਹੋ ਤਾਂ TDS ਦੁੱਗਣਾ ਦੇਣਾ ਪਵੇਗਾ। ਇਹ ਨਿਯਮ ਉਹਨਾਂ ਟੈਕਸਦਾਤਾਵਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਨੇ ਪਿਛਲੇ 2 ਸਾਲਾਂ ਤੋਂ ਆਮਦਨ ਟੈਕਸ ਰਿਟਰਨ ਦਾਖਲ ਨਹੀਂ ਕੀਤਾ। ਡਰਾਈਵਿੰਗ ਲਾਇਸੈਂਸ ਦੇ ਬਾਰੇ ਵੀ ਨਵੇਂ ਨਿਯਮ ਨੇ ਜੀ, ਤਬਦੀਲੀਆਂ ਕੱਲ੍ਹ ਨੂੰ ਹੋਣ ਜਾ ਰਹੀਆਂ ਨੇ। ਤੁਹਾਨੂੰ ਹੁਣ ਡਰਾਈਵਿੰਗ ਲਾਇਸੈਂਸ ਦੇ ਲਈ RTO ਦਫ਼ਤਰ ਨਹੀਂ ਜਾਣਾ ਪਵੇਗਾ, ਇਸ ਦੀ ਬਜਾਏ ਤੁਸੀਂ ਕਿਸੇ ਵੀ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਦੇ ਵਿੱਚ ਟ੍ਰੇਨਿੰਗ ਕਰਕੇ ਜ਼ਰੂਰੀ ਮਾਪਦੰਡ ਪੂਰੇ ਕਰਕੇ ਉੱਥੋਂ ਲਾਇਸੈਂਸ ਹਾਸਲ ਕਰ ਸਕਦੇ ਹੋ। LPG ਸਿਲੰਡਰ ਦੀਆਂ ਕੀਮਤਾਂ ਵੀ 1 ਜੁਲਾਈ 2021 ਨੂੰ ਬਦਲ ਸਕਦੀਆਂ ਨੇ। ਕੀਮਤਾਂ ਦੇ ਵਿੱਚ ਵਾਧਾ ਜਾਂ ਕਟੌਤੀ ਕੀਤੀ ਜਾ ਸਕਦੀ ਆ। ਜੇ ਗੱਲ ਕਰੀਏ ਛੋਟੀਆਂ ਬੱਚਤ ਸਕੀਮਾਂ ਦੀ, ਤਾਂ ਰੇਟਾਂ ਦੇ ਵਿੱਚ ਤਬਦੀਲੀ ਕਰਕੇ ਸਰਕਾਰ ਛੋਟੀਆਂ ਬੱਚਤ ਸਕੀਮਾਂ ਜਿਵੇਂ ਕਿ PPS, ਨੈਸ਼ਨਲ ਸੇਵਿੰਗ ਸਕੀਮ, ਸਰਟੀਫਿਕੇਟ, ਸੁਕੰਨਿਆ ਸਮਰਿੱਧੀ ਯੋਜਨਾ ਆਦਿ ਦੀ ਵਿਆਜ ਵਧਾ ਜਾਂ ਘਟਾ ਸਕਦੀ ਹੈ। ਪਰ 24 ਘੰਟਿਆਂ ਵਿੱਚ ਫੈਸਲਾ ਵਾਪਸ ਲਿਆ ਤਾਂ ਪੁਰਾਣੀਆਂ ਵਿਆਜ ਦਰਾਂ ਲਾਗੂ ਕਰ ਦਿੱਤੀਆਂ ਗਈਆਂ ਸੀ। ਸੋ ਮੋਟਰਸਾਈਕਲ ਅਤੇ ਸਕੂਟਰ ਮਹਿੰਗੇ ਹੋ ਜਾਣਗੇ। ਸੋ ਵੈਸਟਰਨ 2-ਵੀਲਰ ਨਿਰਮਾਤਾ ਕੰਪਨੀ ਹੀਰੋ ਮੋਟੋ ਕਾਰਪ ਨੇ 1 ਜੁਲਾਈ ਤੋਂ ਸਾਰੇ ਰੇਂਜ ਦੇ ਮੋਟਰਸਾਈਕਲਾਂ ਅਤੇ ਸਕੂਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ। ਵੱਖ ਵੱਖ ਮਾਡਲ ਅਤੇ ਵੇਰੀਐਂਟ ਵਿੱਚ ਇਹਨਾਂ 2 ਪਹੀਆ ਵਾਹਨਾਂ ਦੀਆਂ ਕੀਮਤਾਂ ਵਿੱਚ